हेलो सत श्रीकाल जी सारे की हाल चाल हो ठीक ठाक सारे ने उम्मीद करना तुम सारे ठीक होंगे सारे चढ़ती कला च होंगे। सो अज आप लंडन चले हाँ मेरा फ्रेंड है वो को इतने ब्रैम्पटन घर से सोने वेज के घर लंडन मूव हो गया तो वह घर वेने जाके नाले उतों की लाइफ वगैरह पुछदा भी कमें की हिसाब किताब काम कार का तो थोड़ा फन उलाओगे इंजॉय करते हैं अच्छ वीकेंड आ बड़े टाइम बाद अज असी बहर चले हैं। सो यानी कि मैं बहर चलिया डॉक्टर साहब मैं घर छड़ के जा रहा सो डॉक्टर साहब फतेह बुला दो बहुत टाइम बाद ब्लॉग चाहे अज। हेलो जी सत श्रीकाल ਠੀਕ ਆ ਸਾਰਾ ਕੁਝ ਵਧੀਆ ਹੈ ਹੈਲੋ ਦੋਸਤੋ ਅੱਜ ਚੱਲਦੇ ਆ ਤੇ ਨਾਲੇ ਬਾਈ ਦਾ ਤੁਹਾਨੂੰ ਘਰ ਵਿਖਾਉਣੇ ਆ ਮੱਛਾ ਠੀਕ ਆ ਹੂੰ ਦਰਸ਼ਕੋ ਦੱਸੋ ਮੱਛਾ ਠੀਕ ਆ ਹੂੰ ਬਹੁਤ ਠੀਕ ਆ ਅੱਜ ਨਾ ਵਾਲ ਥੋੜੇ ਜਿਹਾ ਮੈਂ ਉਹ ਕਰ ਲਏ ਵੋਲਿਊਮ ਜੀ ਨਹੀਂ ਲਿਆ
ਤਾਂ ਹੁਣ ਵੀਡੀਓ ਬਣਾਈ ਜਾਣਾ ਦਰਸ਼ਕੋ ਗੱਲ ਪਤਾ ਕੀ ਹੋ ਗਈ ਮੈਂ ਬਹੁਤ ਜ਼ਿਆਦਾ ਬਿਜ਼ੀ ਹੋ ਗਿਆ ਸੀ ਕੰਮਾਂ ਕਾਰਾਂ ਦੇ ਘੁੰਮਣ ਫਿਰਨ ਚ ਘੁੰਮਣ ਫਿਰਨ ਚ ਲਾ ਲੋ ਤੇ ਥੋੜਾ ਜਿਹਾ ਮੈਂ ਆਪਦੇ ਆਪ ਨੂੰ ਟਾਈਮ ਦੇ ਰਿਹਾ ਕਰਕੇ ਮੈਂ ਵੀਡੀਓ ਨਹੀਂ ਬਣਾਈ ਆਪਦੇ ਆਪ ਨੂੰ ਮਤਲਬ ਘੁੰਮਣ ਫਿਰਨ ਚ ਟਾਈਮ ਦੇ ਰਿਹਾ ਸੀਗਾ ਤੇ ਇਸ ਕਰਕੇ ਨਹੀਂ ਵੀਡੀਓ ਬਣਾਈ ਹੁਣ ਇਹ ਤਾਂ ਕਹਿ ਰਹੇ ਆ ਕਿਉਂਕਿ ਮੈਂ ਇਹਨਾਂ ਨੂੰ ਘੁਮਾਉਣ ਫਰਾਣ ਲੈ ਗਿਆ ਮੈਂ ਮੁੰਡੇ ਨਾਲ ਜਾ ਮੈਂ ਮੁੰਡੇ ਨਾਲ ਕੈਲਗਰੀ ਜਾ ਕੇ ਘੁੰਮਿਆ ਤੁਸੀਂ ਥੋੜਾ ਇਹੀ ਕਹਿਣ ਦਾ ਮਤਲਬ ਹੈ ਨਾ ਡਾਕਟਰ ਸਾਹਿਬ ਮੈਂ ਤਾਂ ਕਹਿਣਾ ਹੀ ਨਹੀਂ ਸੀ ਇਹ ਤੁਸੀਂ ਆਪਣੇ ਕੋਲੋਂ ਬਣਾ ਲਿਆ ਤੁਹਾਨੂੰ ਅਹਿਸਾਸ ਹੋ ਗਿਆ ਮੈਂ ਨਹੀਂ ਕਿਹਾ ਇਹ ਕੋਈ ਨਹੀਂ ਆਪਾਂ ਤੁਹਾਨੂੰ ਜ਼ਰੂਰ ਗਰਮੀਆਂ 'ਚ ਘੁਮਾ ਕੇ ਲੈ ਕੇ ਜਾਵਾਂਗੇ ਅਸਲ 'ਚ ਮੈਂ ਹੁਣੇ ਪਿੱਛੇ ਕੈਲਗਰੀ ਗਿਆ ਸੀਗਾ ਅਤੇ ਡਾਕਟਰ ਸਾਹਿਬ ਨੂੰ ਮੈਂ ਘਰ ਛੱਡ ਗਿਆ ਸੀ ਅਤੇ ਪਰ ਫਿਰ ਮੈਂ ਇਹ ਵਾਅਦਾ ਕਰਕੇ ਗਿਆ ਸੀਗਾ ਵੀ ਮੈਂ ਤੁਹਾਨੂੰ ਕੈਲਗਰੀ ਘੁਮਾ ਕੇ ਲੈ ਕੇ ਆਊਂਗਾ ਗਰਮੀਆਂ 'ਚ ਆਪਾਂ ਦੋਵੇਂ ਜਣੇ ਚੱਲਾਂਗੇ ਸੋ ਮੈਂ ਤੇ ਡਾਕਟਰ ਸਾਹਿਬ ਹੁਣ ਅਸੀਂ ਕੈਲਗਰੀ ਜਾਵਾਂਗੇ ਇਹ ਸਬੂਤ ਰਹਿ ਜਾਣੇ ਯੂਟਿਊਬ ਤੇ ਸਬੂਤ ਰਹਿਣਗੇ ਬਈ ਜਾਣਾ ਪੈਣਾ ਮੈਂ ਅੱਜ ਹੀ ਟਾਈਟ ਕਰਾਉਂਗਾ ਅੱਗੇ ਕਦੇ ਸੋ ਮਿੱਤਰੋ ਆਪਾਂ ਲੰਡਨ ਪਹੁੰਚ ਗਏ ਹਾਂ ਹੁਣੇ ਅਰਾਈਵ ਹੋਏ ਹਾਂ ਜੇ ਅਤੇ ਤੁਹਾਨੂੰ ਬਾਈ ਦਾ ਘਰ ਵਿਖਾਉਣਾ ਮੈਂ ਸੋ ਆਹ ਬਾਈ ਦਾ ਘਰ ਆ ਬਾਹਰੋਂ ਦੇਖ ਲਓ ਦੋਸਤੋ ਅਤੇ ਆਲਾ ਦੁਆਲਾ ਦੇਖ ਲਓ ਇੱਥੇ ਘਰ ਲੋਕਾਂ ਦੇ ਉਹ ਸਾਹਮਣੇ ਵੇਖੋ ਸੋਲਰ ਵਾਲਾ ਲਾ ਰੱਖਿਆ ਹੈ ਨਾ ਕੀ ਬਾਤਾਂ ਨੇ ਉਹ ਦੇਖੋ ਸਾਹਮਣੇ ਅਤੇ ਆਹ ਵੀਰੇ ਦਾ ਘਰ ਆ ਸੋਹਣਾ ਬਈ ਵੈਰੀ ਨਾਈਸ ਅਤੇ ਆਹ ਯਾਦ ਰੱਖਿਆ ਕਰੋ ਨੋ ਫਾਰਮਰ ਨੋ ਫੂਡ ਠੀਕ ਹੈ ਨਾ ਜੀ ਸਟੈਂਡ ਵਿਦ ਫਾਰਮਰ ਸਟੈਂਡ ਵਿਦ ਪੰਜਾਬ ਸੇਮ ਹੇਅਰ ਚਲੋ ਆਹ ਮੂਵਿੰਗ ਕਰਕੇ ਅੜੇ ਉਹਨੇ ਬੰਦੇ ਆ ਇੱਧਰ ਨੂੰ ਬਹਿ ਕੇ ਅੜਨ ਜੇ ਇੱਧਰ ਦੀ ਵੀ ਜਾ ਸਕਦੇ ਆ ਜਾਓ ਵੀਰੇ ਆ ਜਾਓ ਇੱਥੇ ਲਾ ਦੀਏ ਸ਼ੂ ਠੀਕ ਕਰਿਆ ਜੀ ਚਲ ਵੀਰੇ ਕਰਨ ਠੀਕ ਆ ਉਹ ਬਹੁਤ ਧੰਨਵਾਦ ਘਰ ਦੇਖੋ ਦੋਸਤੋ ਕਿਆ ਬਾਤ ਹੈ ਬਹੁਤ ਸੋਹਣਾ ਜੀ ਬਹੁਤ ਸੋਹਣਾ ਕਿਆ ਬਾਤ ਹੈ ਲੈ ਦੋ ਬਈ ਆਹ ਬੜਾ ਘੈਂਟ ਹੈ ਕਾਰਪੇਟ ਦੇਖੋ ਆ ਮਾਸਟਰ ਬੈਡਰੂਮ ਆ ਬਈ ਮੇਰੇ ਖਿਆਲ ਪਹਿਲਾਂ ਬਈ ਵਾਜਰੂਮ ਵੇਖੀਏ ਦੋਸਤੋ ਬੜਾ ਬਾਈ ਉੱਚਾ ਦੇਖ ਲਓ ਵਧੀਆ ਬਈ ਬੜਾ ਸੋਹਣਾ ਵਿਊ ਆ ਨਾ ਯਾਰ ਕਿਆ ਬਾਤ ਆ ਬਹਿ ਕੇ ਜਿਹੜਾ ਘਰ ਦਾ
ਸਤਿ ਸ਼੍ਰੀ ਅਕਾਲ ਜੀ, ਵਧਾਈ ਜੀ ਬਹੁਤ। ਹੋਰ ਕੀ ਹਾਲ ਆ? ਵਧੀਆ ਵਧੀਆ। ਨਾਲ ਦੇ ਘਰੇ ਪੂਲ ਇੱਕ ਰੂਮ ਰਿਹਾ, ਆਹ ਵੀ ਵਧੀਆ ਸਪੇਸ਼ੀਅਸ ਆ ਰੂਮ ਤਾਂ। ਅਵੇ ਪੂਰੇ ਖੁੱਲਾ ਨਾ ਵੀ ਕਮਰਿਆਂ ਦਾ ਤਾਂ ਕਿਸੇ ਦਾ ਵੀ ਸਾਈਜ਼ ਨਾ ਕੰਪਰੋਮਾਈਜ਼ ਹੈ ਨਹੀਂਗਾ, ਸਾਰੇ ਖੁੱਲੇ। ਇੱਕ ਲਾਈਟ ਬਹੁਤ ਆ ਸਾਰੇ ਕਮਰੇ 'ਚ, ਵਿੰਡੋ ਆ ਨਾ ਬਈ ਸਾਰੇ। ਵਾਓ, ਮੁਮਤਾਜ਼ ਮੈਂ ਕਿਹਾ ਜੀ ਤਾਂ ਜ਼ਰੂਰਤ ਆ, ਆਉਣ ਲੱਗੇ ਚੱਕ ਲਿਆ ਅਸੀਂ, ਖੜੇ ਸੀ ਖੇਡੀ ਮਗਰ ਬੇਸਮੈਂਟ ਆ ਦੋਸਤੋ, ਹੈਪੀ ਬਰਥਡੇ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ। ਆਪਾਂ ਸਤਨਾਮ ਬਾਈ ਦੇ ਘਰੇ ਆਏ ਹਾਂ, ਬਾਈ ਦਾ ਘਰ ਆ, ਦੇਖੋ ਚਮਕ ਰਿਹਾ ਬਾਈ। ਇੱਕ ਬਹੁਤ ਹੀ ਵਧੀਆ ਫੀਚਰ ਵਿਖਾਉਣ ਲੱਗਿਆ ਘਰ ਦਾ, ਵੀ ਕਰਿਓ ਆਹ ਦੇਖੋ ਕਰਕੇ। ਓ ਵਾਹ, ਘਰ ਦੀਆਂ ਲਾਈਟਾਂ ਬੰਦ ਆ ਦੋਸਤੋ, ਕਰੋ ਬਈ ਦੁਬਾਰਾ ਦੁਬਾਰਾ ਦੁਬਾਰਾ, ਆਹ ਬੰਦ ਹੋ ਗਈਆਂ ਦੋਸਤੋ ਫੋਨ ਤੋਂ। ਓਏ ਹੋਏ ਹੋਏ ਹੋਏ, ਕਿਆ ਬਾਤ, ਇਹਨੂੰ ਕੀ ਕਹਿੰਦੇ ਬਈ? ਇਹਨੂੰ ਕਹਿੰਦੇ ਆ ਕੀ, ਮਾਸਟਰ ਸਵਿਚ। ਵਾਹ ਮੈਨ, ਆਪਣੀ ਵੀਡੀਓ ਵਧੀਆ ਲੱਗੀ ਹੋਗੀ, ਜੇ ਵਧੀਆ ਲੱਗੀ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ। ਮਿਲਦੇ ਆਪਾਂ ਅਗਲੀ ਵੀਡੀਓ 'ਚ, ਧੰਨਵਾਦ ਸਾਰਿਆਂ ਦਾ।